ਤੁਹਾਡਾ ਕੋ ਬ੍ਰੇਕਪਾਟਾ ਦਾ ਸਵਾਗਤ ਹੈ ਜੀ ਰਾਜ ਸਾਹਿਬ ਅਗਲੇ ਸ਼ਬਾਰੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹਗੇ ਤੁਸੀਂ ਅਗਲੇਸ਼ ਬਾਰੇ ਦੇਖੋ ਅੱਜ ਕੱਲ ਜਦੋਂ ਵੀ ਅਸੀਂ ਸਾਊਥ ਏਸ਼ੀਆਨ ਕੰਟੈਕਸਟ ਕੋਈ ਵੀ ਗੱਲ ਕਰਨੀ ਚਾਹੁੰਦੇ ਹਾਂ ਤੇ ਲੈ ਦੇ ਕੇ ਖੱਬੇ ਸੱਜੇ ਸੈਂਟਰ ਆਪ ਡਾਊਨ ਆਰਐਸਐਸ ਇਹਨਾਂ ਦੀ ਗੁੰਡਾਗਰਦੀ ਔਰ ਇਹਨਾਂ ਦਾ ਐਫਰਟ ਜਿਹੜਾ ਇਤਿਹਾਸ ਬਦਲ ਰਹੇ ਨੇ ਜ਼ਮੀਨੀ ਹਕੀਕਤ ਨੂੰ ਡਿਫਰੈਂਟਲੀ ਕਰ ਰਹੇ ਨੇ ਮੇਨਸਟ੍ਰੀਮ ਮੀਡੀਆ ਰਾਈ ਕਮੇਨ ਹਨ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਬਲੈਕਆਊਟ ਕੀਤੀਆਂ ਹੋਈਆਂ ਜੀ ਬੀਤੇ ਦਾ ਇਤਿਹਾਸ ਹੋਈ ਔਰ ਗੁੰਡਾ ਦਿੱਤੇਨਾਸ਼ ਯੋਗੀ ਜਿਹੜਾ ਯੂਪੀ 200 ਮਿਲੀਅਨ ਲੋਕਾਂ ਦਾ ਸੂਬੇ ਉਸਤਾ ਚੀਫ ਮਿਨਿਸਟਰ ਬਣੇ ਔਰ ਇਸ ਬਾਰੇ ਕੋਈ ਵੀ ਅਜ ਤੱਕ ਈਵਨ ਹਿੰਦੂ ਹਿਸਟੋਰੀయన్స్ ਨੇ ਵੀ ਇਹਨਾਂ ਤੋਂ ਪਹਿਲਾਂ ਕਦੇ ਇਹ ਗੱਲ ਦਾ ਕਲੇਮ ਨਹੀਂ ਕੀਤਾ ਹੈ ਕੀ ਆਰਐਸਐਸ ਨੇ ਕੋਈ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਚ ਕੋਈ ਭੂਮਿਕਾ ਆਦਾ ਕੀਤੀ ਹੈ ਜੀ ਕਿਉਂਕਿ ਇਹ ਤਾਂ ਪ੍ਰੋ ਬ੍ਰਿਟਿਸ਼ ਸੀ ਇਹਨਾਂ ਨੇ ਤਾਂ ਆਪਣੇ ਆਪ ਨੂੰ 나ਜ਼ੀ ਪਾਰਟੀ ਦੀ ਤਰਜ਼ ਤੇ ਖੜਾ ਕੀਤਾ ਔਰ ਇਹਨਾਂ ਨੂੰ ਤਾਂ ਇਹ ਸੂਟ ਕਰਦਾ ਸੀ ਇਹ ਤਾਂ ਅੰਗਰੇਜ਼ਾਂ ਦੀ ਸਪੋਰਟ ਕਰਦੇ ਰਹੇ ਸੈਕੰਡ ਵਰਲਡ ਵਾਰ ਵੇਲੇ ਵੀ ਜਦੋਂ ਕਿ ਈਵਨ ਕਾਂਗਰਸ ਨੇ ਕੁਇਟ ਇੰਡੀਆ ਮੂਵਮੈਂਟ ਚਲਾਈਏ ਸਪੋਰਟ ਸੀ ਔਰ ਜਿਹੜਾ ਇਹਨਾਂ ਦਾ ਡਾਕਟਰ ਮੂੰਜੇ ਇੱਕ ਜਿਹੜਾ ਹਿੰਦੂ ਥਿੰਕਰ ਸੀ ਉਹ ਇਟਲੀ ਗਿਆ ਮਸੋਲਿਨੀ ਨੂੰ ਮਿਲਿਆ ਔਰ ਉਹਦੀ ਜਿਹੜੀ ਮਿਲਟਰੀ ਅਕੈਡਮੀ ਦੀ ਉਹ ਉਹਨਾਂ ਨੇ ਬਣਾਈ ਹੋਈ ਸੀ ਉਹਦੇ ਤੇ ਬੇਸਡ ਉਹਨੇ ਆ ਕੇ ਪਹੌਂਸਲੇ ਮਿਲਟਰੀ ਸਕੂਲ ਖੋਲ੍ਹਿਆ ਉਹਨੇ ਕਿਹਾ ਕਿ ਜੀ ਇਸ ਕਿਸਮ ਦੀ ਟ੍ਰੇਨਿੰਗ ਦੀ ਲੋੜ ਹੈ ਸੋ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਔਰ ਹਿੰਦੂ ਮਹਾਸਭਾ ਚੋਦੀ ਦੇ ਨਾਲ ਸਵਰਕਰ ਵੀ ਐਸੋਸੀਏਟ ਰਿਹਾ ਬਾਅਦ ਦੇ ਵਿੱਚ ਸਵਰਕਰ ਨਹੀਂ ਗੁੱਟਸੇ ਔਰ ਦੂਜਿਆਂ ਨੂੰ ਜਿਹੜਾ ਅਭਿਨਵ ਭਾਰਤ ਨਾਮ ਦੀ ਟੈਰਰਿਸਟ ਔਰਗੇਨਾਈਜੇਸ਼ਨ ਜਿਹਦੇ ਕਰਨਲ ਪ੍ਰੋਤ ਔਰ ਸਾਧਵੀ ਨੇ ਬਾਦ ਦੇ ਵਿੱਚ ਜੋ ਕੁਛ ਕੀਤਾ ਮਾਲਿਕਾਂ ਉਹ ਦੂਜੀਆਂ ਬਸਿਤਾਵਾਂ 'ਚ ਬੰਮ ਧਮਾਕੇ ਇਹ ਸਾਰੇ ਜਿਹੜੇ ਨੇ 47 ਤੋਂ ਪਹਿਲਾਂ ਦੇ ਦੌਰ 'ਚ ਆਰਐਸਐਸ ਦਾ ਕੋਈ ਲੀਡਰ ਜੇਲ੍ਹ 'ਚ ਨਹੀਂ ਗਿਆ ਕੋਈ ਇਹਨਾਂ ਨੇ ਜਿਹੜਾ ਆਜ਼ਾਦੀ ਦੇ ਵਿੱਚ ਰੋਲ ਨਹੀਂ ਅਦਾ ਕੀਤਾ ਔਰ ਹੁਣ ਇਹਨਾਂ ਦੇ ਤੁਸੀਂ ਇੱਕ ਇੱਕ ਪਾਸੇ ਦਾ ਖਬਰਾਂ ਨੇ ਕਿਵੇਂ ਉਹਨਾਂ ਨੇ ਕਿ ਨਵੇਂ ਹਿਸਟੋਰੀਅਨ ਬਿਠਾਏ ਨੇ ਹਿਸਟਰੀ ਬਦਲ ਰਹੇ ਨੇ ਟੈਕਸਟ ਬੁੱਕਸ ਦੇ ਵਿੱਚ ਕੀ ਕਰ ਰਹੇ ਨੇ ਪਰ ਕੈਲਿਫੋਰਨੀਆ ਚ ਕੋਈ ਟੈਕਸਟ ਬੁਕਸ ਦੇ ਬਾਰੇ ਉੱਥੇ ਇਹਨਾਂ ਦੇ ਆਰਐਸਐਸ ਵੱਲੋਂ ਪ੍ਰੋਟੈਸਟ ਕਰ ਰਹੇ ਨੇ ਕਿ ਜੀ ਤੁਸੀਂ ਇਤਿਹਾਸ ਨੂੰ ਠੀਕ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ ਰਹੇ ਔਰ ਹੁਣ ਜਿਹੜੀ ਖਬਰ ਮੇਰੀ ਨਿਗਾਹ ਚੋਂ ਗੁਜ਼ਰੀ ਯੂਪੀ ਦਾ ਅਸੈਂਬਲੀ ਸੈਸ਼ਨ ਦਾ ਲਾਸਟ ਜਿਹੜਾ ਡੇ ਸੀ ਦੋ ਤਿੰਨ ਦੋ ਦਿਨ ਪਹਿਲੇ ਔਰ ਉਹਦੇ ਚ ਅਦਿੱਤਿਆਨਾਥ ਯੋਗੀ ਨੇ ਜਦੋਂ ਕਿ ਉਹਨੂੰ ਇਹ ਕਿਹਾ ਗਿਆ ਕਿ ਭਾਈ ਇਹ ਯੂਪੀ ਚ ਕੀ ਗੁੰਡਾਗਰਦੀ ਚੱਲ ਰਹੀ ਹੈ ਵੀ ਕੋਈ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਖਰਾਬ ਹੋ ਗਈ ਔਰ ਉਹਦੇ ਚ ਉਹਨੇ بڑے ਤੜੱਲੇ ਦੇ ਨਾਲ ਇਹ ਕਿਹਾ ਕਿ ਜੀ ਇਹ ਆਰਐਸਐਸ ਹੀ ਹੈ ਜੀ ਆਰਐਸਐਸ ਨਾ ਹੁੰਦਾ ਤੇ ਪੰਜਾਬ ਜੰਮੂ ਕਸ਼ਮੀਰ ਔਰ ਵੈਸਟ ਬੰਗਾਲ ਇਹ ਪਾਕਿਸਤਾਨ ਦਾ ਹਿੱਸਾ ਹੋਣੇ ਸੀ ਜੀ ਹੁਣ ਇਹ ਕਿਹੜੀ ਹਿਸਟਰੀ ਕ੍ਰੀਏਟ ਕਰ ਰਿਹਾ ਹੈ ਕਿ ਵੀ ਉਹਨਾਂ ਦਾ ਸਬੰਧ ਜਿਹੜਾ ਹੈ ਉਹ ਬੰਗਾਲ ਇਹ ਇਹਨਾਂ ਦਾ ਤਾਂ ਇਹ ਤਾਂ ਕਿਤੇ ਨੇੜੇ ਤੜੇ ਵੀ ਪਲੇਅਰ ਨਹੀਂ ਸੀ ਜਿਹੜੀ ਪਾਰਟੀਸ਼ਨ ਆਫ ਪੰਜਾਬ ਐਂਡ ਬੰਗਾਲ ਹੈ ਉਹਦੇ ਵੱਖਰੇ ਸਰਕਮਸਟੈਂਸਸ ਨੇ ਉਹਦੇ ਲਈ ਜਿਹੜੇ ਜਿਸੀਂ ਮੁਸਲਮ ਲੀਕ ਕਨਟੈਕਸਟ ਚ ਦੇਖੀਏ ਤੇ ਉਹ ਜਦੋਂ ਸਿੱਖਾਂ ਦੇ ਨਾਲ ਕੰਪਰੋਮਾਈਜ਼ ਦੇ ਲਈ ਜਿਹੜਾ ਉਹ ਬਾਰ-ਬਾਰ ਪੇਸ਼ਕਸ਼ ਕਰ ਰਹੇ ਸੀ ਤੇ ਇਸ ਗੱਲ ਨੂੰ ਕਾਇਦ ਆਜ਼ਮ ਵੀ ਸਮਝਦੇ ਸੀ ਮੁਸਲਮ ਲੀਡਰਸ਼ਿਪ ਵੀ ਸਮਝਦੀ ਸੀ ਜੀ ਕਿ ਜੇ ਤਾਂ ਸਿੱਖਾਂ ਦਾ ਸਮਝੌਤਾ ਹੋ ਗਿਆ ਮੁਸਲਮ ਲੀਕ ਦੇ ਨਾਲ ਕਿ ਫੇਰ ਜਿਹੜੀਆਂ ਹੱਦਾਂ ਨੇ ਪਾਕਿਸਤਾਨ ਦੀਆਂ ਉਹ ਜਮਨਾ ਤੱਕ ਹੋਣ ਗਈਆਂ ਕਿਉਂਕਿ ਇਵਨ ਗੱਲੀ ਵੀ ਹਿੱਸਾ ਸੀ ਪੰਜਾਬ ਦਾ ਔਰ ਉਹਦਾ ਫਾਇਦਾ ਇਹ ਹੋਏਗਾ ਕਿ ਫਿਰ ਬੰਗਾਲ ਦੀ ਡਿਵੀਜ਼ਨ ਵਣੀ ਹੋਈ ਕਿਉਂਕਿ ਜਿਹੜਾ ਸਮੁੱਚਾ ਬੰਗਾਲ ਹੈ ਉਹਦੇ ਵਿੱਚ ਮੁਸਲਮਾਨ ਮੈਜੋਰਿਟੀ ਸੀ ਔਰ ਸਰਕਾਰ ਵੀ ਸੋਹਰਵਰਦੀ ਦੇ ਥੱਲੇ ਮੁਸਲਮਾਨ لیگ ਦੀ ਸਰਕਾਰ ਸੀ ਪੰਜਾਬ 'ਚ ਵੀ ਬੇਸ਼ੱਕ ਸਮੁੱਚੇ ਤੌਰ ਤੇ ਮੁਸਲਮਾਨਾਂ ਦੀ ਮੈਜੋਰਿਟੀ ਸੀ 47 ਤੋਂ ਪਹਿਲਾਂ ਪਰ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਸ ਵੇਲੇ ਖਿਜਰ ਹਿਆਤ ਖਾਨ ਟਵਾਣਾ ਦੀ ਯੂਨੀਨਿਸਟ ਪਾਰਟੀ ਦੀ ਸੀ ਸੋ ਉਹ ਇਹ ਸਮਝਦੇ ਸੀ ਕਿ ਜੇ ਸਿੱਖ ਨਾਲ ਨਾ ਏ ਔਰ ਇਹ ਕਾਂਗਰਸ ਦੇ ਕਨੇਡੇ ਚੜੇ ਰਹੇ ਔਰ ਅੰਗਰੇਜ਼ ਜਿਹੜੇ ਨੇ ਅਲਟੀਮੇਟਲੀ ਡਿਵੀਜ਼ਨ ਦਾ ਕਨਸੈਪਟ ਔਰ ਜਿਹੜਾ ਪੰਜਾਬ ਚ ਮੰਨਿਆ ਗਿਆ ਤੇ ਫਿਰ ਉਹ ਬੰਗਾਲ ਦੇ ਵਿੱਚ ਵੀ ਡਿਵੀਜ਼ਨ ਹੋਏਗੀ ਸੋ ਰਾਦਰ ਜੇ ਤੁਸੀਂ 47 ਤੋਂ ਬਾਅਦ ਹਿੰਦੂ ਲੀਡਰਾਂ ਦਾ ਹਿੰਦੂ ਮਹਾਸਭਾ ਦੇ ਔਰ ਉਹਨਾਂ ਲੋਕਾਂ ਦੇ ਦੇਖੋ ਤੇ ਉਹ ਸਿੱਖਾਂ ਨੂੰ ਕ੍ਰੈਡਿਟ ਦਿੰਦੇ ਸੀ ਕਿ ਜੀ ਦੇਖੋ ਮਾਸਟਰ ਤਾਰਾ ਸਿੰਘ ਔਰ ਸਿੱਖ ਅਕਾਲੀ ਲੀਡਰਸ਼ਿਪ ਜਿਹੜੀ ਹੈ ਸਿੱਖਾਂ ਨੇ ਅੱਧਾ ਪੰਜਾਬ ਤੇ ਅੱਧਾ ਬੰਗਾਲ ਬਚਾ ਲਿਆ ਔਰ ਜਿਹੜੇ ਹੋਰ ਸੀ ਉਹ ਕਹਿਣ ਲੱਗੇ ਜੀ ਜੇ ਪੰਜਾਬ ਨਾ ਇਧਰ ਆਉਂਦਾ ਤੇ ਜੰਮੂ ਕਸ਼ਮੀਰ ਨੂੰ ਹੋਰ ਕੋਈ ਰਸਤਾ ਹੀ ਨਹੀਂ ਸੀ ਸੜਕ ਜਿਹੜੀ ਆ ਉਹ ਕੋਈ ਸੀ ਤੇ ਜੰਮੂ ਕਸ਼ਮੀਰ ਵੀ ਪਾਕਿਸਤਾਨ ਦਾ ਹਿੱਸਾ ਹੁੰਦਾ ਚਲੋ ਇਹ ਇੱਕ ਵੱਖਰਾ ਹੈ ਅਸੀਂ ਜਦੋਂ ਦੇਖਦੇ ਆ ਆਪਣੀ ਲੀਡਰਸ਼ਿਪ ਦੀ ਬੇਵਕੂਫੀ ਕਿ ਅਸੀਂ ਕਿਵੇਂ ਹਿੰਦੂ ਤੋਂ ਵੀ ਹਿੰਦੂ ਕਾਂਗਰਸ ਦੇ ਘਨੇੜੇ ਚੜ੍ਹ ਕੇ ਆਪਣਾ ਵੀ ਕੁਝ ਨਹੀਂ ਬਣਾਇਆ ਪਾਕਿਸਤਾਨ ਨੂੰ ਵੀ ਅਪੋਜ਼ ਕਰਨ ਚ ਪੂਰਾ ਟਿੱਲ ਲਾਇਆ ਔਰ ਸਿਵਲ ਵਾਰ ਦੇ ਵਿੱਚ ਵੀ ਆਪਣਾ ਵੀ ਨੁਕਸਾਨ ਕੀਤਾ ਉਹਨਾਂ ਦਾ ਵੀ ਕਰਾਇਆ ਇਹ ਜੇ ਅਕਲ ਤੋਂ ਕੰਮ ਲੈਣਦੇ ਤਾਂ ਸਾਡਾ ਵੀ ਆਪਣਾ ਕੁਝ ਬਣਿਆ ਹੁੰਦਾ ਔਰ ਜਿਹੜਾ ਪਾਗਲਪਨ 47 ਦਾ ਦੋਨੋਂ ਪਾਸੇ ਹੋਇਆ ਉਸ ਤੋਂ ਵੀ ਬਚਾ ਹੁੰਦਾ ਪਰ ਤੁਸੀਂ ਦੇਖੋ ਵੀ ਅੱਜ ਇਹੀ ਨਹੀਂ ਕਿ ਉਹਨਾਂ ਦੇ ਹੁਣ ਸਰਜਨ ਵੀ ਜਿਹੜੇ ਨੇ ਉਹ ਹਾਥੀ ਦਾ ਸਿਰ ਲੱਗੇਗਾ ਬੰਦਿਆਂ ਦੇ ਉੱਤੇ ਜਾਂ ਉਹਨਾਂ ਦੇ ਜਹਾਜ਼ ਸੀ ਔਰ ਉਹਨਾਂ ਦੇ ਉਡਣ ਖਟੋਲੇ रामचंद्रਾ ਹਵਾਈ ਜਹਾਜ਼ ਸੀ ਉਹਨਾਂ ਦੇ ਜਿਹੜੇ ਤੀਰ ਸੀ ਅਗਨਬਾਨ ਉਹ ਮਜ਼ਾਈਲਾ ਸੀ ਜਿਹੜੀਆਂ ਇਹਨਾਂ ਨੇ ਬਣਾਈਆਂ ਹੁਣੇ ਜਿਹੜੀ ਇਵਨ ਕਰੰਟ ਹਿਸਟਰੀ ਹੈ 21 ਸਦੀ ਦੀ ਉਨੂੰ ਪੁੱਠਾ ਘੇੜਾ ਦੇਣ ਤੇ ਲੱਗੇ ਹੋਏ ਨੇ ਔਰ ਉਹਦੇ ਚ ਉਹਦਾ ਇਹ ਕਹਿਣ ਤੋਂ ਬਾਅਦ ਇਵਨ ਜਨਤਾਦਲ ਯੂनाइटेड ਜਿਹੜਾ ਹੈ ਉਹਨਾਂ ਦੇ ਹੀ ਲੀਡਰ ਨੇ ਸਟੇਟਮੈਂਟ ਦਿੱਤੀ ਹੈ ਦਿੱਤੀਆਂ ਆਥ ਨੂੰ ਹਿਟਿੰਗ ਬੈਕ ਐਟ ਉੱਤਰ ਪ੍ਰਦੇਸ਼ ਔਰ ਇਹ ਹੈਡਲਾਈਨ ਹੈ 노 আরএসএস ਮੈਂਬਰ ਵੈਂਟ ਟੂ ਪ੍ਰੈਜ਼েন্ট ਦੂਰਿੰਗ ਫ੍ਰੀडम ਸਟਰਗਲ ਓਨਲੀ ਸਰਵਡ ਬ੍ਰਿਟਿਸ਼ ਜੀਡੀਯੂ ਆਊਟਲੁੱਕ ਆਊਟਲੁੱਕ ਮੈਗਜ਼ੀਨ 'ਚ ਆਇਆ ਉਹਦੇ ਜਨਤਾਦਲ ਯੂनाइटेड ਨੇ ਕਿਹਾ ਕਿ ਵੀ ਉਹਨਾਂ ਨੇ ਸਿਰਫ ਅੰਗਰੇਜ਼ਾਂ ਦੇ ਹੀ ਸੇਵਾ ਕੀਤੀ ਆਰਐਸਐਸ ਵਾਲਿਆਂ ਕੋਈ ਉਹਨਾਂ ਦਾ ਵਰਕਰ ਲੀਡਰ ਕਦੇ ਜੇਲ੍ਹ 'ਚ ਨਹੀਂ ਗਿਆ ਹਿਟਿੰਗ ਬੈਕ ਐਟ ਉੱਤਰ ਪ੍ਰਦੇਸ਼ ਚੀਫ ਮਿਨਿਸਟਰ ਯੋਗੀ ਅਦਿੱਤਿਆ ਨਾਦ ਫਾਰੀਜ਼ ਰਿਮਾਰਕ ਥੈਟ ਇਫ ਨਾਟ ਫॉर द ਰਾਸ਼ਟਰੀ ਸੇਵਕ ਸੰਗ ਦੈਨ ਜੰਮੂ ਐਂਡ ਕਸ਼ਮੀਰ ਪੰਜਾਬ ਐਂਡ ਵੈਸਟ ਬੰਗਾਲ ਊਡ ਹੈਵ ਬੀਨ ਬੀ ਅ ਪਾਰਟ ਆਫ ਪਾਕਿਸਤਾਨ ਦ ਜਨਤਾਧਾਰ ਯੂਨਾਈਟਡ ਔਨ ਸੰਡੇ ਅਸਰਟਡ ਥੈਟ ਦ ਆਰਗੇਨਾਈਜੇਸ਼ਨ ਹੈਡ ਨੈਵਰ ਕੰਟ੍ਰਿਬਿਊਟਡ ਟੂ ਫਰੀਡਮ ਸਟਰਗਲ ਐਂਡ ਸਰਵ ਦ ਬ੍ਰਿਟਿਸ਼ਰਸ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਉਹਦਾ ਅੰਗਰੇਜ਼ਾਂ ਦੀ ਸੇਵਾ ਜੀ ਰਹੇ ਟਾਕਿੰਗ ਟੂ A N I J D ਲੀਡਰ ਨਿਰਜ ਕੁਮਾਰ ਅਪੀਲ ਟੂ ਚੀਫ ਮਿਨਿਸਟਰ ਨਾਟ ਟੂ ਟਾਕ ਅਬਾਊਟ ਦਾ ਹਿਸਟਰੀ ਆਫ R S S ਐਜ਼ ਇਟਸ ਓਨਲੀ ਹਿਸਟਰੀ ਵਾਸ ਸਰਵਿੰਗ ਦਾ ਬ੍ਰਿਟਿਸ਼ ਰੂਲਰਸ ਉਹ ਕਹਾਂ ਤੁਸੀਂ ਆਪਣੇ ਉਹ ਪੋਤੜੇ ਨਾ ਫਲਾਓ ਤੁਹਾਡਾ ਇੱਕੋ ਇੱਕ ਇਤਿਹਾਸ ਹੈ ਵੀ ਤੁਸੀਂ ਗੋਰਿਆਂ ਨੂੰ ਸਰਵ ਕੀਤਾ ਹੋਇਆ एवरीवन ਨੋਜ਼ ਵਾਟ ਐਗਜ਼ੈਕਟਲੀ ਇਜ਼ ਦਾ ਹਿਸਟਰੀ ਆਫ R S S ਦੇ ਯੂਜ਼ ਟੂ ਵਰਕ ਫਾਰ ਬ੍ਰਿਟਿਸ਼ ਐਂਡ ਥੈਟ ਇਜ਼ ਵਾਈ ਨਾਟ ਈਵਨ ਵਨ R S S ਮੈਂਬਰ ਵਾਸ ਇਨ ਜੀ ਐਲ ਡੂਰਿੰਗ ਦਾ ਫਰੀडम ਮੂਵਮੈਂਟ ਔਰ ਉਹਨਾਂ ਨੇ ਕਿਹਾ ਜੀ ਇੱਕ ਵੀ ਉਹਨਾਂ ਚੋਂ ਕਦੇ ਜੇਲ੍ਹ ਚ ਨਹੀਂ ਗਿਆ ਕਿ ਵੀ ਔਰ ਉਹਨੇ ਇੱਕ ਹੋਰ ਨੇ ਕਿਹਾ ਵੀ ਤੂੰ ਆਪਣਾ ਧਿਆਨ ਰੱਖ ਯੂਪੀ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗੜੀ ਹੋਈ ਹੈ ਤੁਹਾਡਾ ਇਹਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਤੁਸੀਂ ਕੁਝ ਵੀ ਜਿਹੜੀ ਹੈ ਕੰਟਰੀਬਿਊਟ ਨਹੀਂ ਕੀਤਾ ਹੁਣ ਇਸ ਦੇ ਉਲਟ ਅੱਜ ਆਰਐਸਐਸ ਦੇ ਥੱਲੇ ਕਿੰਨੀਆਂ ਟੈਰਰਿਸਟ ਆਰਗੇਨਾਈਜੇਸ਼ਨਾਂ دہشتਗਰਦੀ ਦੀਆਂ ਆਰਗੇਨਾਈਜੇਸ਼ਨਾਂ ਪਰਪਰੀਆਂ ਨੇ ਇੱਕ ਬੀਜਪੀ ਦੇ ਜਿਹੜੀ ਬੀਬੀਸੀ ਨੇ ਬੀਜੇਪੀ ਔਰ ਆਰਐਸਐਸ ਦੇ ਉੱਤੇ ਇੱਕ ਸਟੋਰੀ ਕੀਤੀ ਹੈ ਵੀ ਇੱਕ ਤਾਂ ਫਰੰਟ ਆਰਐਸਐਸ ਹੈ ਜਿਹੜਾ ਨਜ਼ਰ ਆ ਰਿਹਾ ਫਿਰ ਉਹਨਾਂ ਦੀਆਂ ਬੀ ਸੀ ਤੇ ਡੀ ਟੀਮਾਂ ਨੇ ਜਿਹੜੀਆਂ ਕਿਵੇਂ دہشتਗਰਦੀ ਚ ਮਨਵਸ ਨੇ ਔਰ ਕਿਵੇਂ ਉਹਨਾਂ ਨੇ ਅੜੜ ਨਾਂ ਰੱਖੇ ਹੋਏ ਨੇ ਔਰ ਇਸ ਬਾਰੇ ਜਿਹੜੀ ਹੈ ਇਹ ਇੱਕ ਕਿਤਾਬ ਪਬਲਿਸ਼ ਹੋਈ ਹੈ ਕਿ ਵੀ ਕਿਵੇਂ ਹਿੰਦੂ ਯੁਵਾ ਵਾਹ ਨਹੀਂ ਜਿਹੜੀ ਅਦਿੱਤਿਆਨਾਸ ਯੋਗੀ ਦੀ ਆਰਗੇਨਾਈਜੇਸ਼ਨ ਰਾਮ ਸੈਨਾ ਇਹ ਭਾਵੇਂ ਸਿੱਧੇ ਤੌਰ ਤੇ ਨਾ ਵੀ ਆਰਐਸਐਸ ਨਾਲ ਹੋਣ ਪਰ ਕਿਵੇਂ ਇਹ ਉਹਨਾਂ ਦੇ এজেন্ডੇ ਦੇ ਉੱਤੇ ਔਰ ਉਗਰ ਰਾਸ਼ਟਰਵਾਦ ਨੂੰ ਜਿਹੜਾ ਖੜਾ ਕਰਨ ਦੇ ਲਈ ਕੰਮ ਕਰ ਰਹੇ ਨੇ ਇੱਕ ਪੱਤਰਕਾਰ ਨੇ ਤਰਿੰਦਰ ਝਾ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਉਹ ਹੈ ਸ਼ੈਡੋ ਆਰਮੀਜ਼ ਫ੍ਰਿੰਜ ਆਰਗੇਨਾਈਜੇਸ਼ਨਸ ਐਂਡ ਫੁੱਟ ਸ਼ੋਲਡਜਰਸ ਆਫ ਹਿੰਦੂਤਵਾ ਇਹ ਕਿਤਾਬ ਦਾ ਨਾਮ ਹੈ ਕਿ ਸ਼ੈਡੋ ਆਰਮੀਜ਼ ਕਿ ਪੂਰੀਆਂ ਇਹ ਸ਼ੈਡੋ ਦੇ ਵਿੱਚ ਰਹਿਣ ਵਾਲੀਆਂ ਆਰਮੀਜ਼ ਕਿਵੇਂ ਫ੍ਰਿੰਜ ਆਰਗੇਨਾਈਜੇਸ਼ਨਸ and foot soldiers ਵੀ ਦੇਖਣ ਨੂੰ ਲੱਗਦਾ ਹੈ ਵੀ ਇਹ ਫਰੰਟ ਫਰਿੰਜ ਨੇ ਹਾਸ਼ੀਏ ਦੇ ਉੱਤੇ ਨੇ ਜਾਂ ਉਹਨਾਂ ਦੇ ਜ਼ਮੀਨੀ ਸਪਾਈ ਨੇ ਪਰ ਅਲਟੀਮੇਟਲੀ ਇਹ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੈ ਜਿਵੇਂ ਆਰਐਸਐਸ ਨੇ ਇਹ ਸਾਰਾ دہشت ਗਰਦੀ ਦਾ ਜਾਲ ਵਿਛਾਇਆ ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਇਹ ਸੰਗਠਨ ਕਿਹੜੇ ਨੇ ਜਿਹੜੇ ਫਰਿੰਜ ਫਰਿੰਜ ਦੇ ਉੱਤੇ ਨੇ ਫਰਿੰਜ ਆਰਗੇਨਾਈਜੇਸ਼ਨਸ ਆਫ ਫੂਟ ਸ਼ੋਲਡਜਰਸ ਉਹਨਾਂ ਚ ਸਨਾਤਨ ਸੰਸਥਾ Hindu Yuva Vahini Bajrang Dal Shri Ram Sena ਨੇ हिंदू एक्या वेदी अभिनव भारत भौंसला मिलिट्री स्कूल राष्ट्रीय संगठन ये नेम कि ने और उस किताब के आर एस एस की हिस्टरी की है और कि आर एस एस ने वर्ण व्यवस्था पैदा की किए ये बह ब्राह्मणा का दबदबा है और फिर इन्ह ब्राह्मणा के दबदबे चो श्री राम सेने वर्गे वह ने जोड़े ब्राह्मण नहीं ने पर एजेंडा उन्होंने उर एस एस द ਹਿੰਦੂਤਵਾਦ ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਇਹ ਇੱਕ ਫਰਿੰਜ ਜਾਂ ਪਾਵੇਂ ਹਾਸ਼ੀਅਤ ਹੈ ਨੇ ਲੇਕਿਨ ਮੋਦੀ ਦੇ ਤਾਕਤ ਚ ਆਉਣ ਤੋਂ ਬਾਅਦ ਇਹ ਸਾਰੇ ਇੱਕੋ ਹੀ ਉਦੇਸ਼ ਤੇ ਕੰਮ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਚਾ ਇਹ ਕਹਿੰਦੇ ਨੇ ਕਿ ਗੋ ਰਖਸ਼ਾ ਲਵ ਜਿਹਹਾਤ ਜਾਂ ਨਫਰਤ ਨਾਲ ਭਰੇ ਜਿਹੜੇ ਪਾਸ਼ਨ ਨੇ ਘਰ ਵਾਪਸੀ ਔਰ ਮਾਈਨੋਰਟੀਜ਼ ਦੇ ਉੱਤੇ ਹਮਲੇ ਇਹ ਜਿਹੜੇ ਰੈਗੂਲਰ ਹੋ ਗਏ ਨੇ ਇਹ ਸਾਰੇ ਗੁੱਟ ਇਨ ਯੂਨੀਸਨ ਕੰਮ ਕਰ ਰਹੇ ਨੇ ਇੱਕ ਦੂਜੇ ਨਾਲ ਮਿਲ ਕੇ ਕਿ ਇਹ ਇਹ ਬੜਾ ਕਲੀਅਰ ਹੈ ਕਿ ਹਿੰਦੂ ਰਾਸ਼ਟਰ ਦੇ ਲਈ ਇੱਕ ਵੱਡੀ ਯੋਜਨਾ ਦੇ ਉੱਤੇ ਭਾਵੇਂ ਹਾਸ਼ੀਏ ਤੇ ਨੇ ਆਰਡਰ ਨਾ ਨੇ ਪਰ ਇੱਕੋ ਹੀ ਪਾਸੇ ਨੇ ਔਰ ਇਸ ਕਿਤਾਬ ਚ ਉਹਨਾਂ ਨੇ 8 ਆਰਗੇਨਾਈਜੇਸ਼ਨਾਂ ਦੀ ਜਿਹੜੀ ਹੈ ਉਹ ਉਹਨਾਂ ਨੂੰ ਡਿਸਕਸ ਕੀਤਾ ਪਹਿਲਾਂ ਉਹਨਾਂ ਨੇ ਸਨਾਤਨ ਸੰਸਥਾ ਦਾ ਜ਼ਿਕਰ ਕੀਤਾ ਕਿ 1991 ਚ ਸਨਾਤਨ ਭਾਰਤੀਏ ਸੰਸਕ੍ਰਿਤੀ ਸੰਸਥਾ ਨੂੰ ਟਰਸਟ ਦੇ ਤੌਰ ਤੇ ਬੰਬਈ ਚ ਰਜਿਸਟਰ ਕਰਵਾਇਆ ਗਿਆ ਸੀ ਔਰ ਜ਼ਾਇਰਾ ਤੌਰ ਤੇ ਇਹ ਕਿਹਾ ਗਿਆ ਕਿ ਜੀ ਇਹਨਾਂ ਦਾ ਸਾਡਾ ਮਕਸਦ ਲੋਕਾਂ ਨੂੰ ਰੋਹਾਨੀਅਤ ਸਿਖਾਣਾ ਹੈ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਇਹ ਇਸੇ ਆਰਗੇਨਾਈਜੇਸ਼ਨ ਦੇ ਮੈਂਬਰ ਨੇ ਸਨਾਤਨ ਸੰਸਥਾ ਦੇ ਜਿਨ੍ਹਾਂ ਨੇ ਲੌਜਿਕ ਨਾਲ ਗੱਲ ਕਰਨ ਵਾਲੇ ਤਰਕਵਾਦੀ ਡਾਕਟਰ ਨਰਿੰਦਰ ਡਾਬੋਲਕਰ ਲੈਫਟਿਸ ਲੀਡਰ ਗੋਬਿੰਦ ਪਸਾਰੇ ਤੇ ਲੇਖਕ ਐਮ ਐਸ ਕੁਲਬਰਗੀ ਦੀ ਹੱਤਿਆ ਜਿਹੜੀ ਹੈ ਕਿ ਇਹ ਤਿੰਨੋਂ ਹੀ ਜਿਹੜੇ ਜਿਨ੍ਹਾਂ ਦੀਆਂ ਮੌਤ ਜਿਨ੍ਹਾਂ ਨੂੰ ਮਾਰਿਆ ਗਿਆ ਮਰਡਰ ਕੀਤਾ ਗਿਆ ਹੁਣੇ ਹੀ ਹੋਇਆ ਮੋਦੀ ਦੇ ਰਾਜ ਔਰ ਇਹਦੇ ਚ ਸਨਾਤਨ ਸੰਸਥਾ ਜਿਹੜੀ ਹੈ ਇਨਵੋਲਵ ਹੈ ਔਰ ਇਸੇ ਤਰ੍ਹਾਂ 2011 ਚ ਬੰਬਈ ਦੇ ਇੱਕ ਅਦਾਲਤ ਨੇ ਦੋ ਮੈਂਬਰ ਜਿਹੜੇ ਸੀ ਇਹਨਾਂ ਦੇ ਵਿਕਰਮ ਪਾਵੇ ਔਰ ਰਮੇਸ਼ ਗੜકરી ਉਹਨਾਂ ਨੂੰ 2008 ਚ ਵਾਸ਼ੇ ਔਰ ਠਾਣੇ ਤਮਾਖਿਆਂ ਦੇ ਲਈ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਔਰ ਸਨਾਤਨ ਪ੍ਰਬਾਤ ਨਾਮ ਦਾ ਇਹਖਬਾਰ ਕੱਢਦੇ ਨੇ ਔਰ ਉਹਨੇ ਲਿਖਿਆ ਕਿ ਅਸੀਂ 2000 ਤੱਕ 2023 ਤੱਕ ਹਿੰਦੂ ਰਾਸ਼ਟਰ ਪੂਰੀ ਤਰ੍ਹਾਂ ਭਾਰਤ ਬਣ ਚੁੱਕਾ ਹੋਏਗਾ ਜੀ ਦੂਸਰੀ ਸੰਸਥਾ ਜਿਹੜੀ ਉਹਨਾਂ ਦੀ ਫਰਿੰਜ ਦੇ ਉੱਤੇ ਪਰ ਆਰਐਸਐਸ ਦੇ ਅੰਬ੍ਰੇਲੇ ਥੱਲੇ ਹਿੰਦੂ ਯੁਵਾ ਵਾਇਨੀ ਅਦਿੱਤਿਆਨਾਥ ਯੋਗੀ ਨੇ 1998 ਚ ਗੋ ਰਖਸ਼ਾ ਮੰਚ ਬਣਾਇਆ ਫਿਰ ਉਹਨੇ ਦੇਖਿਆ ਵੀ ਇਹ ਇੰਨਾ ਪਪੂਲਰ ਨਹੀਂ ਹੋਇਆ ਫਿਰ ਉਹਨੇ ਹਿੰਦੂ ਯੁਵਾ ਵਾਇਨੀ ਉਹਦਾ ਨਾਮ ਰੱਖਿਆ ਔਰ ਹੁਣ ਜਦੋਂ ਦਾ ਇਹ ਚੀਫ ਮਿਨਿਸਟਰ ਬਣਿਆ ਇੱਕ ਖਬਰ ਸੀ ਕੁਝ ਦਿਨ ਪਹਿਲਾਂ ਕਿ ਰੋਜ਼ਾਨਾ 5 ਤੋਂ 10 ਹਜ਼ਾਰ ਅਰਜ਼ੀਆਂ ਆ ਰਹੀਆਂ ਨੇ ਹਿੰਦੂ ਯੁਵਾ ਵਾਇਨੀ ਦੀ ਮੈਂਬਰਸ਼ਿਪ ਲਈ ਔਰ ਇਹਨਾਂ ਨੇ ਗੋਰਖਪੁਰ ਤੋਂ ਲੈ ਕੇ ਉਹ ਸਾਰੇ ਵੈਸਟਰਨ ਯੂਪੀ ਦੇ ਵਿੱਚ ਦਹਿਸ਼ਤ ਦਾ ਰਾਜ ਫੈਲਾਇਆ ਹੋਇਆ ਮੁਸਲਮਾਨਾਂ ਤੇ ਹਮਲੇ ਉਹਨਾਂ ਦੀਆਂ ਬੱਚੀਆਂ ਦੇ ਨਾਲ ਬਦਕਾਰੀ ਔਰ ਹੋਰ ਸਾਰਾ ਔਰ ਇਹ ਅਦਿੱਤਿਆਨਾਥ ਯੋਗੀ ਦੇ ਆਪਣੇ ਖਿਲਾਫ ਮਰਡਰ ਦੇ ਔਰ ਦੂਸਰੇ ਕੇਸ ਰਜਿਸਟਰ ਨੇ ਔਰ ਇਹ ਹਿੰਦੂ ਯੁਵਾ ਵਾਇਨੀ ਬੇਸ਼ੱਕ ਥਲੜੇ ਲੈਵਲ ਤੇ ਇੰਡੀਪੈਂਡੈਂਟ ਹੈ ਪਰ ਉੱਪਰ ਆਰਐਸਐਸ ਦੇ ਨਾਲ ਹੀ ਮਿਲ ਕੇ ਇਹ ਕੰਮ ਕਰਦੇ ਨੇ ਔਰ ਫਿਰ ਬਜਰੰਗਦਲ ਅਕਸਰ ਬਜਰੰਗਦਲ ਦਾ ਨਾਮ ਆਉਂਦਾ ਹੈ ਜਦੋਂ ਆਸਟ੍ਰੇਲੀਅਨ ਮਿਸਟਰੀ ਗ੍ਰੈਨ ਔਰ ਉਹਦੇ ਦੋ ਬੱਚੇ 9 ਤੇ 11 ਸਾਲ ਦੇ ਉੜੀਸਾ ਦੇ ਵਿੱਚ ਜਿਉਂਦੇ ਸਾੜ ਦਿੱਤੇ ਸੀ ਔਰ ਇਹ ਗੱਲ ਔਰ ਡਾਕਟਰ ਗ੍ਰੈਮ 30 ਸਾਲ ਜਿਹੜਾ ਉੱਥੇ ਕੋੜ ਦੇ ਰੋਗੀਆਂ 'ਚ ਕੰਮ ਕਰਦੇ ਸੀ ਉਹਦੇ ਚੋਂ ਪਹਿਲੀ ਵਾਰੀ ਧਾਰਾ ਸਿੰਘ ਨਾ ਆਇਆ ਸੀ ਕਿ ਬਜਰੰਗਦਲ ਦਾ ਔਰ ਇਹਦੇ ਚ 1984 'ਚ ਵਿਸ਼ਵ Hindu ਪਰਿਸ਼ਦ ਦੇ ਯੂਥ ਵਿੰਗ ਦੇ ਤੌਰ ਤੇ ਬਜਰੰਗਦਲ ਦਾ ਦੀ ਜਿਹੜੀ ਸਥਾਪਨਾ ਹੋਈ ਸੀ ਔਰ ਇਹਦਾ ਪਹਿਲਾ ਫੰਕਸ਼ਨ ਸੀ ਕਿ ਅਯੁੱਧਿਆ ਦੇ ਵਿੱਚ ਹਿੰਦੂ ਮੰਦਿਰ ਦੀ ਸਥਾਪਨਾ ਔਰ ਇਹਨਾਂ ਨੇ ਫਿਰ ਆਸਟ੍ਰੇਲੀਅਨ ਮਿਸ਼ਨਰੀ ਨੂੰ ਵੀ ਮਾਰਿਆ ਔਰ ਇੱਕ ਦਹਿਸ਼ਤਗਰਦ ਗਰੁੱਪ ਆਰਐਸਐਸ ਦੀ ਛਤਰਛਾਇਆ ਥੱਲੇ ਇਸੇ ਤਰ੍ਹਾਂ ਬਜਰੰਗਦਾਲ ਦਾ ਹੀ ਬਾਬੂ ਬਜਰੰਗੀ ਨੇ ਇਹ ਪਿੱਛੇ ਮੰਨਿਆ ਸੀ ਕਿ ਗੁਜਰਾਤ ਦੰਗਿਆਂ ਦੇ ਵਿੱਚ ਨਿਰੋਦਾ ਪਾਰਟੀਆਂ ਚੋਂ ਨੇ ਮੁਸਲਮਾਨਾਂ ਦੀ ਹੱਤਿਆ ਕੀਤੀ ਸੀ ਇੱਕ ਆਰਗੇਨਾਈਜੇਸ਼ਨ ਸ਼੍ਰੀ ਰਾਮ ਸੇ ਨੇ ਇਹ ਜਨਵਰੀ 2009 ਚ ਮੰਗਲੌਰ ਦੇ ਵਿੱਚ ਇਹ ਘਟਨਾ ਹੋਈ ਸੀ ਕਿ ਇੱਕ ਪੱਬ ਦੇ ਵਿੱਚ ਬੜੇ ਔਰ ਜਨਾਨੀਆਂ ਨੂੰ ਮਾਰਿਆ ਕੁੱਟਿਆ ਔਰਤਾਂ ਨੂੰ ਉਹਨਾਂ ਨੇ ਕਿਹਾ ਵੀ ਇਹ ਔਰਤਾਂ ਸ਼ਰਾਬ ਪੀਂਦੀਆਂ ਨੇ ਔਰ ਇਹ ਹਿੰਦੂ ਸੰਸਕ੍ਰਿਤੀ ਤੇ ਪਰੰਪਰਾ ਦਾ ਔਰੰਗਣ ਕਰਦੀਆਂ ਨੇ ਇਹ ਕੰਮ ਉਹਨਾਂ ਨੇ ਨਿਊ ਇਅਰ ਈਵ ਦੇ ਮੌਕੇ ਦੇ ਉੱਤੇ ਕੀਤਾ ਸੀ ਇਸੇ ਤਰ੍ਹਾਂ ਆ ਜਿਹੜੀ ਹੈ ਇੱਕ ਸੰਸਥਾ ਜਿਹੜੀ ਹਿੰਦੂ ਏਕਿਆ ਵਿਧੀ ਇਹ ਕੇਰਲਾ ਦੇ ਵਿੱਚ ਕੇਰਲਾ ਤਾਮਿਲਨਾਡ ਤੋਂ ਐਸੀਆਂ ਸਟੇਟਾਂ ਨੇ ਜਿਦੇ ਚ ਅਜੇ ਆਰਐਸਐਸ ਨੂੰ ਫੁੱਟਹੋਲਡ ਨਹੀਂ ਮਿਲਿਆ ਪਰ ਉੱਥੇ ਉਹਨਾਂ ਨੇ ਪਹੁੰਚ ਕੇ ਜਿਹੜਾ ਇਸ ਮੁੱਦੇ ਦੇ ਉੱਤੇ ਉੱਥੇ ਗੜਬੜ ਕੀਤੀ ਕਿ ਜੀ ਮੰਦਰਾਂ ਨੂੰ ਜਿਹੜੇ ਨੇ ਬੋਰਡ ਕਿਉਂ ਚਲਾ ਰਹੇ ਨੇ ਟਰਸਟ ਹਿੰਦੂਆਂ ਨੂੰ ਚਲਾਉਣਾ ਚਾਹੀਦਾ ਸੋ ਇਹ ਅਜੇ ਕੇਰਲਾ ਦੇ ਵਿੱਚ ਆਪਣੇ ਪੈਰ ਪਸਾਰ ਰਹੇ ਹੈ ਇਸੇ ਤਰ੍ਹਾਂ ਜਿਹੜੀ ਅਬਿਨਵ ਭਾਰਤ ਉਹ ਨਵਿਨ ਭਾਰਤ ਦਾ ਮੈਂ ਜ਼ਿਕਰ ਕੀਤਾ ਹੈ ਕਿ ਇਹ ਸਵਰਕਰ ਨੇ ਬਣਾਈ ਸੀ ਜਿਹੜਾ ਗਾਂਧੀ ਦੀ ਹੱਤਿਆ ਦੇ ਵਿੱਚ ਮੇਨ ਮਾਸਟਰਮਾਈਂਡ ਸੀ ਜਾਂ ਆਈਡੀਆਲੋਗ ਸੀ ਔਰ ਇਹ ਜਿਹੜਾ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਔਰ ਇਹ ਸਾਰੇ ਇਸ ਅਭਿਨਵ ਭਾਰਤ ਦਾ ਹੀ ਹਿੱਸਾ ਨੇ ਇਸੇ ਤਰ੍ਹਾਂ ਪਹੌਸਲਾ ਮਿਲਟਰੀ ਸਕੂਲ ਇਹ ਮੈਂ ਦੱਸਿਆ ਵੀ ਕਿਵੇਂ 2008 ਚ ਇਹਨਾਂ ਦਾ ਨਾਮ ਮਾਲੇਗਾਮ ਦੇ ਧਮਾਕਿਆਂ ਦੇ ਸਾਹਮਣੇ ਆਇਆ ਇਹ ਮਿਲਟਰੀ ਟ੍ਰੇਨਿੰਗ ਦਿੰਦਾ ਹੈ ਔਰ ਇਟਲੀ ਦੇ ਮਸੋਲਨੀ ਤੋਂ ਇਹ ਪ੍ਰਭਾਵਿਤ ਹੋਏ ਔਰ ਡਾਕਟਰ ਮੁੰਜੇ ਨੇ ਜਿਹੜਾ ਇਸ ਦੀ ਸਥਾਪਨਾ ਕੀਤੀ ਸੀ ਫਿਰ ਇਹਨਾਂ ਸੰਸਥਾਵਾਂ ਵਿੱਚ ਰਾਸ਼ਟਰੀ ਸਿੱਖ ਸੰਗਤ ਜੀ ਕਿ 1984 ਚ ਸਿੱਖ ਜੈਨੋਸਾਈਡ ਤੋਂ ਬਾਅਦ 1986 ਚ ਇਹ ਰਾਸ਼ਟਰੀ ਸਿੱਖ ਸੰਗਤ ਬਣਾਈ ਗਈ ਔਰੇ ਜਿਹੜੇ ਲਖਾਰੀ ਨੇ ਉਹ ਕਹਿੰਦੇ ਨੇ ਕਿ ਭਾਵੇਂ ਇਹਨਾਂ ਨੇ ਕਿਹਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ تعلیم ਨੂੰ ਪ੍ਰਚਾਰਿਤ ਕਰਦੇ ਪਰ ਇਹ ਸਿੱਖਾਂ ਦੇ ਵਿੱਚ ਵੜ ਕੇ ਉਹਨਾਂ ਦੀ ਪਛਾਣ ਨੂੰ ਕਮਜ਼ੋਰ ਕਰ ਰਹੇ ਨੇ ਇਹ ਕਹਿੰਦੇ ਨੇ ਵੀ ਸਿੱਖ ਧਰਮ ਇੱਕ ਅਲੱਗ ਧਰਮ ਨਹੀਂ ਹੈ ਹਿੰਦੂ ਸਮਾਜ ਦਾ ਹਿੱਸਾ ਹੈ ਔਰ ਅਕਾਲ ਤਖਤ ਦੇ ਜਥੇਦਾਰ ਔਰ ਆਮ ਸਿੱਖ ਇਹਨਾਂ ਦੇ ਖਿਲਾਫ ਨੇ ਔਰ ਰੁਲਦਾ ਸਿੰਘ ਦੀ ਹੱਤਿਆ ਜਿਹੜੀ ਹੈ ਇਹਦਾ ਮੁਖੀ ਉਦੀ ਕੀਤੀ ਗਈ ਸੀ ਇਸੇ ਕਰਕੇ ਕਿਉਂਕਿ ਇਹ ਸਿੱਖਾਂ ਦੇ ਵਿੱਚ ਕੁਸਪੈਟ ਕਰ ਰਹੇ ਨੇ ਔਰ ਇਹ ਉਹਨਾਂ ਦਾ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਵੀ ਉਹਨਾਂ ਜਿਹੜੀਆਂ ਫਰਿੰਜ ਹਾਸ਼ੀਏ ਵਾਲੀਆਂ ਨੇ ਉਹਨਾਂ ਦੇ ਵਿੱਚ ਹੀ ਰੱਖਿਆ ਫਿਰ ਉਹਨਾਂ ਨੇ ਇਹ ਸਾਰਿਆਂ ਨੂੰ ਗਰੀਬ ਧਰਪਕਿਆਂ ਦੇ ਨਾਂ ਥੱਲੇ ਤਰੰਦਰ ਚਾਹ ਕਹਿੰਦੇ ਨੇ ਕਿ ਵੀ ਇਹ ਕਿਵੇਂ ਨੌਜਵਾਨਾਂ ਨੂੰ ᱮਮਪਾਵਰ ਕਰਦੇ ਨੇ ਔਰ ਬੇਸ਼ੱਕ ਇਹਨਾਂ ਦੇ ਆਪਣੇ ਏਜੰਡੇ 'ਚ ਬ੍ਰਾਹਮਣਵਾਦ ਦਾ ਬੋਲਬਾਲ ਹੈ ਲੇਕਿਨ ਇਹਨਾਂ ਦੀ ਸੰਸਥਾ 'ਚ ਵੀ ਪਰ ਇਹ ਗਰੀਬ ਜਿਹੜੇ ਬੈਕਵਰਡ ਕਲਾਸਾਂ ਜਾਂ ਆਦੀਵਾਸੀਆਂ ਉਹਨਾਂ ਨੂੰ ਭਰਤੀ ਕਰਦੇ ਨੇ ਔਰ ਉਹਨਾਂ ਨੂੰ ਖੁੱਲੀ ਛੁੱਟੀ ਦਿੰਦੇ ਨੇ ਉਹ ਆਪਣੇ ਆਪ 'ਚ ਬੜੀ ਐਮਪਾਵਰਮੈਂਟ ਮਹਿਸੂਸ ਕਰਦੇ ਨੇ ਹੁਣ ਅਸੀਂ ਇਹਨਾਂ ਦੀ ਜਿਹੜੀਆਂ ਇਹ ਜਦੋਂ ਮਾਰਕੁਟਾਈ ਦੀਆਂ ਘਟਨਾਵਾਂ ਹੁੰਦੀਆਂ ਨੇ ਔਰ ਜਿਹੜੀ ਘਟਨਾ ਅੱਜ ਜਿਹੜੀ ਵੀਡੀਓ ਚਾਰਚ ਫੇਰੇ ਘੁਮ ਰਹੀ ਹੈ ਕਿ ਰਾਜਸਥਾਨ ਦੇ ਸ਼ੋਭਾਵਲੀ ਇਲਾਕੇ 'ਚ ਚਾਰ ਸਿੱਖ ਜਿਹੜੇ ਹਰਦਵਾਰ ਦੇ ਕਿਸੇ ਗੁਰਦੁਆਰੇ ਨਾਲ ਸਬੰਧਤ ਸੀ ਉਹ ਕਿਸੇ ਪ੍ਰੋਜੈਕਟ ਲਈ ਹੋਸਾ ਦਾ ਕਲੈਕਸ਼ਨ ਲਈ ਗਏ ਹੋਣ ਉਹਨਾਂ ਨੇ ਕਿਤੇ ਉਹ ਰਸਤਾ ਭੁੱਲ ਗਏ ਔਰ ਉਹਨਾਂ ਦੇ ਨਹੀਂ ਜਿਹੜਾ ਆਪਣਾ रोक के वेहिकल ਉਥੇ ਪੁੱਛਿਆ ਤੇ ਜਿਉਂ ਹੀ ਉਹਨਾਂ ਨੇ ਦੇਖਦੇ ਦੇਖਦੇ ਭੀੜ ਇਕੱਠੀ ਹੋ ਗਈ ਔਰ ਉਹਨਾਂ ਨੇ ਮਾਰ ਮਾਰ ਕੇ ਉਹਨਾਂ ਚਾਰਾਂ ਨੂੰ ਔਰ ਉਹ ਵੀਡੀਓ ਅਸੀਂ ਦਿਖਾ ਨਹੀਂ ਸਕਦੇ ਕਿ ਇੰਨੀ ਕੋ ਪੇਨਫੁੱਲ ਹੈ ਔਰ ਗ੍ਰਾਫਿਕ ਹੈ ਕਿ ਉਹਨਾਂ ਨੂੰ ਉਹਨਾਂ ਨੇ ਲੰਮੇ ਪਾਇਆ ਔਰ ਫਿਰ ਪੁਲਿਸ ਦਾ ਵੀ ਜਿਹੜਾ ਅਫੀਸ਼ੀਅਲ ਖੜਾ ਹੈ ਉਹਨਾਂ ਨੂੰ ਥਾਣੇ ਲੈ ਗਏ ਔਰ ਬਾਅਦ ਚ ਉਹਨਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਰਫਾ ਰਫਾ ਕਰਤਾ ਕਿ ਵੀ ਕੋਈ ਕੇਸ ਰਜਿਸਟਰ ਨਹੀਂ ਕੀਤਾ ਔਰ ਕੋਈ ਲਾਈਨ ਸਾਹਮਣੇ ਨਹੀਂ ਆਈ ਕਿ ਭਾਈ ਕੋਈ ਕਾਰਵਾਈ ਕੀਤੀ ਹੋਏ ਸੋ ਇਹ ਪਹਿਲਾ ਇਸ ਕਿਸਮ ਦਾ ਵਾਕਿਆ ਇਸ ਲੈਵਲ ਦਾ ਹੈ ਕਰੰਟ ਦੌਰ ਦੇ ਵਿੱਚ ਔਰ ਇਹ ਰਾਜਸਥਾਨ ਦੇ ਵਿੱਚ ਵਾਪਰਿਆ ਇਹ ਦੇਖਣ ਵਾਲੀ ਗੱਲ ਹੈ ਕਿ ਯੂਪੀ ਦੇ ਵਿੱਚ ਔਰ ਇਹ ਸਾਰੀਆਂ ਘਟਨਾਵਾਂ ਉਹਨਾਂ ਥਾਵਾਂ ਤੇ ਹੀ ਹੋ ਰਹੀਆਂ ਨੇ ਜਿੱਥੇ ਭਾਜਪਾ ਦੀ ਹਕੂਮਤ ਹੈ ਸੋ ਇਹ ਜਿਹੜਾ ਕੁੱਲ ਮਿਲਾ ਕੇ ਇਹਨਾਂ ਦਾ ਏਜੰਡਾ ਹੈ ਉਹ ਅਲਟੀਮੇਟਲੀ ਹਿੰਦੂ ਰਾਸ਼ਟਰ ਦਾ ਹੁਣ ਫਾਈਨਲੀ ਹੈ ਜਿਹੜੇ ਸਾਰੇ ਹਾਸ਼ੀਏ ਵਾਲੀਆਂ ਸੰਸਥਾਵਾਂ ਸੀ ਇਹ ਸੈਂਟਰਲ ਸਟੇਜ ਤੇ ਆ ਕੇ ਜਿਹੜਾ ਉਹ ਇੰਟੀਮੀਡੇਸ਼ਨ ਮਾਰਕਟਾਈ ਕਨਵਰਜਨ ਔਰ ਕੱਲ ਪਰਸੋਂ ਖਬਰ ਸੀ ਕਿ ਯੂਪ ਜਿੱਥਾ ਤੇ 40 ਮੁਸਲਮਾਨ ਵਾਪਸ Hindu ਧਰਮ ਚ ਦਾਖਲ ਹੋਏ ਸੋ ਕੁੱਲ ਮਿਲਾ ਕੇ ਜੋ 2020 ਤੱਕ ਭਾਗਵਤ ਦਾ ਡ੍ਰੀਮ ਹੈ ਹਰ ਇੱਕ ਨੂੰ Hindu ਬਣਾਉਣ ਦਾ ਔਰ ਇੱਕ ਦਾ 2023 ਤੱਕ ਹੈ ਸੋ ਮਤਲਬ ਸਭ ਕੁਝ ਨੇੜੇ ਨੇੜੇ ਹੀ ਹੋ ਰਿਹਾ ਸੋ ਇਹ ਇੱਕ ਹਕੀਕਤ ਹੈ ਜੀ ਡਾਕਟਰ ਸਾਥੀ ਲਣੇ ਆ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ